ਅਗਲੀ ਖਬਰ ਕੇਜਰੀਵਾਲ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਅਮਰਿੰਦਰ ਕਹਿੰਦਾ ਵਾਹ ਜੀ ਵਾਹ ਉਲਟ ਬੋਲ ਗਿਆ ਚਿਹਰਾ ਤਾਂ ਬੇਨਕਾਬ ਹੋ ਰਿਹਾ ਅਮਰਿੰਦਰ ਦਾ ਤੇ ਕਿਹਾ ਗਿਆ ਕੇਜਰੀਵਾਲ ਇਸ ਦੇਸ਼ ਦਾ ਬੱਚਾ ਬੱਚਾ ਜਾਣਦਾ ਹੈ ਕਿ ਜਿਹੜਾ ਕੇਜਰੀਵਾਲ ਹੈ ਉਹ ਹਰ ਦੇਸ਼ ਵਾਸੀ ਦੇ ਹੱਕ ਵਿਚ ਹੈ ਉਹ ਕਿਸਾਨਾਂ ਦੇ ਵੀ ਹੱਕ ਵਿਚ ਹੈ ਤੇ ਜਿਹੜਾ ਇਹ ਹੈ ਅਮਰਿੰਦਰ ਅੰਦਰ ਖਾਤੇ ਮੋਦੀ ਨਾਲ ਰਲਿਆ ਹੋਇਆ ਤੇ ਉਤੋਂ ਉਤੋਂ ਬਿਆਨ ਜਾਰੀ ਕਰੇਗਾ ਕਿਸਾਨਾਂ ਵਾਸਤੇ ਵਿਚੋਂ ਇਹ ਮੋਦੀ ਦੇ ਨਾਲ ਹੈ ਤੇ ਹੁਣ ਜੇ ਕੇਜਰੀਵਾਲ ਨੇ ਕਿਹਾ ਬਿਜਲੀ ਦੇ ਯੂਨਿਟ ਫ੍ਰੀ ਦਿਆਂਗਾ ਤੇ ਇਹਨੂੰ ਪਿੱਸੂ ਪੈ ਗਏ ਨੇ ਵੀ ਮੈਂ ਤਾਂ ਬਿਜਲੀ ਦੇ ਯੂਨਿਟ ਫ੍ਰੀ ਕੀਤੇ ਨੇ ਮੇਰਾ ਅੱਜ ਬਿਜਲੀ ਆਉਂਦੀ ਕੋਈ ਨੀ ਹੈਗੀ ਤੇ ਲੱਗਿਆ ਕੇਜਰੀਵਾਲ ਦੇ ਤਵੇ ਲਾਉਣ ਦੇਸ਼ ਵਾਸੀਓ ਅਮਰਿੰਦਰ ਦੇ ਪਖੰਡਾਂ ਤੋਂ ਸੁਚੇਤ ਹੋ ਕੇ ਕੇਜਰੀਵਾਲ ਦੇ ਹੱਥ ਮਜ਼ਬੂਤ ਕਰੋ।